ਕੀ ਕਰਨਾ ਛੋਟ ਮੈਂ ਕੀ ਕਰਨਾ ਹੱਸਦੇ ਹੀ ਰਹਿੰਦੇ ਕਿਤੇ ਇੱਧਰ ਬਹੁਤ ਹੀ ਜ਼ਿਆਦਾ ਜਿਹੜੀ ਬਾਰਿਸ਼ ਹੈਗੀ ਉਹ ਆਣੀ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਆ ਹਨਾ ਆ ਦੇਖੋ ਬੇਸਣ ਸਾਡੇ ਖਤਮ ਹੋ ਗਿਆ ਤੇਲ ਵੀ ਮੁੱਕ ਗਿਆ ਹੁਣ ਗਾਇਸ ਇਹ ਕਰਨ ਲੱਗ ਪੈਂਦੇ ਆ ਬਲੈਕਮੇਲ ਮੈਨੂੰ ਇਮੋਸ਼ਨਲ ਕਿਹੜੀ ਮੇਲ ਮੈਂ ਤਾਂ ਜੀਵੇ ਵੀ ਨਹੀਂ ਕਰਨੀ ਆ ਤੇ ਬਲੈਕਮੇਲ ਕਿੱਦੋਂ ਕਰਨਾ ਯਾਰ ਕਿਸੇ ਦੇਖੋ ਕੁਦਰਤ ਦੀ ਇਹ ਜਿਹੜੀ ਸਾਰੀ ਚਾਈ ਹੋਈ ਰਚਨਾ ਕਿੰਨੀ ਖੂਬਸੂਰਤ ਹੈ ਤੇ ਥੋੜੀ ਦੇਰ ਪਹਿਲਾਂ ਗਰਮੀ ਸੀਗੀ ਇੰਨੀ ਧੁੱਪ ਸੀ ਸੂਰਜ ਨਿਕਲਿਆ ਹੋਇਆ ਸੀ ਇਕਦਮ ਕੁਦਰਤ ਨੂੰ ਲੱਗਾ ਵੀ ਬਈ ਇੰਨੀ ਗਰਮੀ ਠੀਕ ਨਹੀਂ ਹੈ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕਿਹਾ ਚਲੋ ਮੀਂਹ ਕੀ ਕਰਨਾ ਛੋਟ ਮੈਂ ਕੀ ਕਰਨਾ ਹੱਸਦੇ ਹੀ ਰਹਿੰਦੇ ਕਿਤੇ ਪਰ ਬਹੁਤ ਹੀ ਜ਼ਿਆਦਾ ਅੱਜ ਬੱਦਲ ਹੋਇਆ ਪਿਆ ਦੇਖੋ ਹਨੇਰੀ ਆ ਰਹੀ ਹੈ ਹਨੇਰੀ ਆ ਦੇਖੋ ਹਨੇਰੀ ਆ ਰਹੀ ਬਹੁਤ ਜ਼ਿਆਦਾ ਬੱਦਲ ਆ ਰਿਹਾ ਇੰਨਾ ਡਰ ਸੀਗਾ ਵੀ ਉਹੀ ਗੱਲ ਨਾ ਹੋਵੇ ਵੀ ਕਿਤੇ ਹਨੇਰੀ ਦੇ ਵਿੱਚ ਉੜਨਾ ਜਾਈਏ ਮੈਂ ਤਾਂ ਨਾ ਕੋਈ ਖੰਡੀਆਂ ਹੁਣ ਮੈਨੂੰ ਮੈਂ ਸੇਫ ਹਾਂ ਅੱਛਾ ਮੈਂ ਕਿਹਨੂੰ ਫੜਾ ਗਾਇਸ ਬਾਰਿਸ਼ ਜਿਹੜੀ ਆ ਉਹ ਆ ਗਈ ਹੈ ਹੁਣ ਆਪਾਂ ਕੀ ਉਧਰਲੀ ਸਾਈਡ ਵੀ ਕਾਫੀ ਕਾਲਾ ਬੱਦਲ ਆ ਉਧਰ ਵੀ ਦੇਖੋ ਯਾਰ ਇਹ ਤਾਂ ਸਾਰਾ ਉੱਡੀ ਜਾ ਰਿਹਾ ਆ ਬਹੁਤ ਹੀ ਪਿਆਰਾ ਮੌਸਮ ਰਹੀ ਦੇਖੋ ਕੁਦਰਤ ਦੀ ਇਹ ਜਿਹੜੀ ਸਾਰੀ ਉਚਾਈ ਹੋਈ ਰਚਨਾ ਕਿੰਨੀ ਖੂਬਸੂਰਤ ਹੈ ਤੇ ਥੋੜੀ ਦੇਰ ਪਹਿਲਾਂ ਗਰਮੀ ਸੀਗੀ ਇੰਨੀ ਧੁੱਪ ਸੀ ਸੂਰਜ ਨਿਕਲਿਆ ਹੋਇਆ ਸੀ ਇਕਦਮ ਕੁਦਰਤ ਨੂੰ ਲੱਗਾ ਵੀ ਬਈ ਇੰਨੀ ਗਰਮੀ ਠੀਕ ਨਹੀਂ ਹੈ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕਿਹਾ ਚਲੋ ਮੀਂਹ ਪਾਓ ਹੁਣ ਥੋੜ੍ਹਾ ਜਿਹਾ ਹਵਾ ਵਰਗਾ ਵਾਤਾਵਰਨ ਦਿਓ ਕੁਦਰਤ ਨੂੰ ਐਕਚੁਅਲੀ ਸਭ ਕੁਝ ਪਤਾ ਹੁੰਦਾ ਕਿ ਮੇਰੇ ਪਾਪਾ ਕੋ ਵੀ ਸਭ ਕੁਝ ਪਤਾ ਹੁੰਦਾ ਮੇਰੇ ਲਈ ਕੀ ਚਾਹੀਦਾ ਉਹ ਤਾਂ ਹੈ ਹੀ ਆ ਸਹੀ ਗੱਲ ਆ ਯਾਰ ਉਧਰ ਕਿੱਡਾ ਅਜੀਬ ਜਿਹਾ ਲੱਗ ਰਿਹਾ ਨਾ ਦੇਖਣ ਨੂੰ ਮੈਨੂੰ ਨਾ ਲਿਓ ਵਿੱਚ ਮੈਂ ਨਾ ਨਾਤੀ ਨਾ ਨਾ ਹੋ ਜਾਣਾ ਹੁਣ ਮੀਂਹ ਦੇ ਨਾਲ ਹੀ ਠੰਡ ਲੱਗਣ ਲੱਗ ਪਈ ਠੰਡ ਬਹੁਤ ਜ਼ਿਆਦਾ ਹੋ ਗਈ ਆ ਜਾ ਰਜਾਈ ਲਿਆਈ ਚੱਕ ਕੇ ਥੱਲੇ ਉੱਪਰ ਹੀ ਪਈਆਂ ਆ ਰਜਾਈਆਂ ਕਮਜ਼ੋਰ ਆਦਮੀ ਨੂੰ ਠੰਡ ਹੀ ਲੱਗਦੀ ਹੈ ਜੇ ਮੈਨੂੰ ਨਹੀਂ ਲੱਗਦੀ ਜੇ ਕਮਜ਼ੋਰ ਆਦਮੀ ਨਹੀਂ ਹੈ ਜੇ ਠੰਡ ਆ ਗਈ ਤਾਂ ਠੰਡ ਬਹੁਤ ਲੱਗਣੀ ਜੇ ਗਰਮੀ ਆ ਗਈ ਤਾਂ ਗਰਮੀ ਬਹੁਤ ਲੱਗਣੀ ਨਹੀਂ ਮੈਨੂੰ ਗਰਮੀ ਲੱਗਦੀ ਹੈ ਸੋਹਣਾ ਹੋ ਗਿਆ ਮੌਸਮ ਪਰ ਜਿਹੜੀ ਨਾ ਮੀਂਹ ਤੋਂ ਬਾਅਦ ਹਨਾ ਜਿਹੜਾ ਫਿਰ ਹੁੰਮ ਹੁੰਦਾ ਆ ਨਾ ਉਹ ਨਹੀਂ ਬਰਦਾਸ਼ਤ ਹੁੰਦਾ ਹੈਗਾ ਜਾਂ ਤਾਂ ਇਦਾਂ ਦਾ ਹੀ ਮੌਸਮ ਰਵੇ ਨਾ ਫੇਰ ਆ ਨਹੀਂ ਕੋਈ ਮਤਲਬ ਨਹੀਂ ਜਿੱਥੇ ਬੱਦਲ ਨਹੀਂ ਦਿਖ ਰਿਹਾ ਉਹ ਤਾਂ ਹੈ ਉੱਥੇ ਬੱਦਲ ਹੈ ਨਹੀਂ ਜਿੱਥੇ ਨਹੀਂ ਬੱਦਲ ਦਿਖ ਰਿਹਾ ਕਿੱਥੇ ਉਧਰ ਮੀਂਹ ਪੈਂਦਾ ਪਿਆ ਆ ਉਹ ਚਿੱਟਾ ਬੱਦਲ ਆ ਜਿੱਥੇ ਹਾਂ ਮੀਂਹ ਪੈਂਦਾ ਆ ਉਧਰ ਆ ਨਾ ਦਰਵਾਜ਼ਾ ਖੁੱਲ੍ਹਾ ਹੀ ਰਹਿਣ ਦਿਓ ਥੋੜ੍ਹੀ ਦੇਰ ਮੈਂ ਥੱਲਿਓਂ ਜਿਹੜਾ ਹੁੰਮ ਜਿਹਾ ਨਿਕਲ ਜਾਂਦਾ ਹੈ ਨਾ ਇੱਧਰ ਬਹੁਤ ਹੀ ਜ਼ਿਆਦਾ ਜਿਹੜੀ ਬਾਰਿਸ਼ ਹੈਗੀ ਉਹ ਆਣੀ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਆ ਹਨਾ ਆ ਦੇਖੋ ਬੇਸਣ ਸਾਡੇ ਖਤਮ ਹੋ ਗਿਆ ਤੇਲ ਵੀ ਮੁੱਕ ਗਿਆ ਹੁਣ ਗਾਇਸ ਇਹ ਜਿਹੜੀਆਂ ਦੋ ਲੂਣ ਦੀਆਂ ਡਲੀਆਂ ਖੜੀਆਂ ਹੋਈਆਂ ਨੇ ਤੁਹਾਡੇ ਸਾਹਮਣੇ ਐਟ ਪ੍ਰੈਜ਼ੈਂਟ ਇਹ ਦੋਨੋਂ ਜਾਣਗੇ ਥੱਲੇ ਲੂਣ ਮਿਰਚ ਵੀ ਮੁੱਕ ਗਈ ਬੇਸਣ ਵੀ ਮੁੱਕ ਗਿਆ ਤੁਹਾਡੇ ਕੀ ਵਿਚਾਰ ਨੇ ਸਰ ਮੇਰਾ
ਮੇਰਾ ਦਿਲ ਕਰ ਰਿਹਾ ਸੀ ਮੈਂ ਬਾਰਿਸ਼ ਚ ਨਹਾਵਾਂ ਜਾ ਕੇ, ਕਿਉਂਕਿ ਉਦਾਂ ਤਾਂ ਮੈਂ ਨਹਾਉਣਾ ਨੀ ਹੁੰਦਾ, ਮੀਂਹ ਚ ਨਹਾਉਂਦੀ ਜਿੱਦਾਂ, ਪਰ ਮੈਂ ਸੋਚਿਆ ਪਾਪਾ ਮੈਨੂੰ ਕਹਿੰਦੇ ਤੈਨੂੰ ਬੁਖਾਰ ਹੋ ਕੇ ਹਟਿਆ ਹੋਣੀ, ਕੇ ਹਟਿਆ ਤੈਨੂੰ, ਦੋ ਛਿੱਟਾਂ ਵੀ ਤੇਰੇ ਉੱਤੇ ਪੈ ਗਈਆਂ ਨਾ, ਤਾਂ ਦੇਖੀ ਫਿਰ ਸਾਰੀ ਦਿਹਾੜੀ ਰੌਲਾ ਪੈਣਾ, ਫਿਰ ਕਲਾਸ ਲੱਗ ਜਾਣੀ ਆ ਤੇਰੀ। ਚੱਲ ਥੱਲੇ ਥੱਲੇ ਚੱਲ, ਜਿਹੜਾ ਬਹੁਤ ਤੇਜ਼ ਗਰਜ ਰਿਹਾ ਆ, ਤਾਂ ਇੱਧਰ ਜਿਹੜੀ ਪਕੌੜਿਆਂ ਦੀ ਕਰੇਵਿੰਗ ਆ ਨਾ, ਉਹ ਹੋਰ ਵੀ ਫਾਸਟ ਹੋਈ ਜਾ ਰਹੀ ਆ, ਇਹ ਕਰਨ ਲੱਗ ਪੈਂਦੇ ਆ ਬਲੈਕਮੇਲ ਮੈਨੂੰ, ਇਮੋਸ਼ਨਲ ਕਿਹੜੀ ਮੇਲ, ਮੈਂ ਤਾਂ ਜੀਵੇ ਵੀ ਨਹੀਂ ਕਰਨੀ ਆ, ਮੈਂ ਬਲੈਕਮੇਲ ਕਿੱਦੋਂ ਕਰਨਾ ਯਾਰ ਕਿਸੇ ਨੂੰ। ਹਜੇ ਹਨਾ ਬੱਦਲ ਜਿਹੜਾ ਆ, ਮੈਂ ਕਹਿੰਦੀ ਹਿਮਾਚਲ ਪ੍ਰਦੇਸ਼ ਹੁੰਦਾ ਆ, ਇਹਨਾਂ ਨੂੰ ਪਹਿਲਾਂ ਹੀ ਬੇਸਣ ਘੋਲ ਕੇ ਰੱਖ ਲਓ, ਤੇਲ ਗਰਮ ਕਰ ਲਓ, ਕੜਾਹੀ ਗੈਸ ਤੇ ਚਾੜ ਦਓ ਤੇ ਬਸ। ਫਿਲਹਾਲ ਮੇਰੇ ਕੋਲ ਨਹੀਂ ਹੋਣਾ, ਮੈਂ ਦਾਲ ਵਾਲਾ ਆਟਾ ਗੁੰਨਿਆ ਆ, ਰਾਤੀ ਅਸੀਂ ਬਣਾਈ ਸੀ ਦਾਲ, ਉਹ ਬਚ ਗਈ, ਫਿਰ ਇਹਨਾਂ ਨੇ ਖਾਣੀ ਨਹੀਂ ਸੀ ਸਵੇਰੇ, ਮੈਂ ਦਿਮਾਗ ਥੋੜ੍ਹਾ ਜਿਹਾ ਲੜਾਇਆ, ਮੈਂ ਕਿਹਾ ਕਿ ਇਹ ਆਪਾਂ ਵੇਸਟ ਤਾਂ ਕਰਨੀ ਨਹੀਂ ਹੈਗੀ, ਫਿਰ ਆਪਾਂ ਆਟੇ ਦੇ ਵਿੱਚ ਪਾ ਕੇ ਗੁੰਨੀ, ਹਰੀਆਂ ਮਿਰਚਾਂ ਪਾ ਕੇ, ਮੈਂ ਕਹਿੰਦੀ ਮਸਾਲੇ ਮਸੂਲੇ ਪਾ ਕੇ ਉਹ ਗੁੰਨੀ ਹੋਈ ਆ, ਤਾਂ ਹੁਣ ਦਹੀਂ ਦੇ ਵਿੱਚ ਬੂੰਦੀ ਪਾਵਾਂਗੇ। ਮੈਨੂੰ ਗੱਲ ਕਰਨ ਦਾ ਹੱਕ ਹੀ ਨਹੀਂ ਆ ਮੇਰੇ, ਦੁਪਹਿਰ ਨੂੰ ਬਣਨੀਆਂ ਤੋਰੀਆਂ, ਰਾਤ ਨੂੰ ਬਣੂ ਮੂੰਗੀ ਮਸਰੀ। ਮਤਲਬ ਮੈਂ ਅੱਜ ਆਪਣਾ ਮੈਡੀਕਲ ਦੇਣ ਜਾਣਾ ਸੀ ਕਾਲਜ ਵਿੱਚ, ਡਿਪੋਜ਼ਿਟ ਕਰਾਉਣ ਜਾਣਾ ਸੀਗਾ, ਉਹ ਅੱਜ ਮੈਡੀਕਲ ਬਣਵਾਇਆ ਹੀ ਨਹੀਂ ਹੋਇਆ, ਨਹੀਂ ਉਹ ਬਣ ਜਾਊਗਾ, ਨਹੀਂ ਕਿਹੜਾ ਪੈਂਦਾ ਇਹਨਾਂ ਨੂੰ, ਦੇਖੀ ਥੋੜੀ ਦੇਰ ਬਾਅਦ ਦੇਖੀ ਕਿ ਕਿੰਨੀ ਧੁੱਪ ਨਿਕਲ, ਮੈਂ ਇੰਨੀ ਕਮਜ਼ੋਰ ਹੋ ਗਈ ਆ ਬੁਖਾਰ ਦੇ ਕਰਕੇ, ਆ ਦੇਖੋ ਮੇਰੇ ਸਾਰੀਆਂ ਸ਼ੀਟਾਂ ਵੀ ਖੁੱਲੀਆਂ ਹੋ ਗਈਆਂ, ਇਹ ਪਹਿਲਾਂ ਵੀ ਖੁੱਲੀ ਹੋਈ ਸੀ, ਸਾਡੇ 10 ਵਜ ਚੁੱਕੇ ਆ ਤੇ ਹਜੇ ਤੱਕ ਸਾਡਾ ਜਿਹੜਾ ਨਾਸ਼ਤਾ ਉਹ ਨਹੀਂ ਹੋਇਆ ਹੈਗਾ, ਕਿਉਂਕਿ ਉੱਪਰ ਅਸੀਂ ਬਾਰਿਸ਼ ਦੇ ਵਿੱਚ ਗਿੱਲੇ ਹੋ ਗਏ ਸੀ ਤੇ ਥੱਲੇ ਆ ਕੇ ਹੁਣ ਨਹਾ ਕੇ ਤੇ ਹੁਣ ਚਾਹ ਦਾ ਇੱਕ ਕੱਪ ਪੀਤਾ ਹੈ, ਤਾਂ ਹੁਣ ਮਹਿਕ ਨੇ ਮੈਨੂੰ ਲਗਾ ਲਿਆ ਕਿ ਮੈਂ ਆਪਣੀ ਵੀਡੀਓ ਰੈਡੀ ਕਰਨੀ ਆ, ਤਾਂ ਮੇਰੀ ਵੀਡੀਓ ਬਣਾਓ ਆ ਕੇ, ਤੇ ਹੁਣ ਮੈਂ ਰੈਡੀ ਆ ਉਹਦੀ ਵੀਡੀਓ ਬਣਾਉਣ ਚੱਲੀ ਆ, ਫਿਰ ਮੈਨੂੰ ਉੱਪਰ ਜਾਣਾ ਪੈਣਾ ਆ। ਇਸ ਟਾਈਮ ਵੱਜ ਰਹੇ ਆ 7:30 ਤੇ ਮੰਮਾ ਹੁਣੇ ਗਏ ਸੀਗੇ ਮੈਡੀਸਨ ਲੈਣ ਪਾਪਾ ਨਾਲ, ਇਹਨਾਂ ਦੀ ਤਬੀਅਤ ਜਿਹੜੀ ਠੀਕ ਨਹੀਂ ਸੀਗੀ ਤੇ ਨਾਲ ਇਹਨਾਂ ਦੀ ਹੋਮਿਓਪੈਥਿਕ ਵਾਲੀ ਮੈਡੀਸਨ ਜਿਹੜੀ ਚੱਲਦੀ ਪਈ ਆ ਖਤਮ ਹੋਈ ਪਈ ਸੀਗੀ, ਅੱਜ ਡਾਕਟਰ ਨੂੰ ਲੈ ਕੇ ਆਉਣੀ ਸੀ, ਉਹ ਲੈ ਕੇ ਆਏ ਤੇ ਹੁਣ ਆ ਕੇ ਬਹੁਤ ਜ਼ਿਆਦਾ ਥੱਕ ਚੁੱਕੇ ਆ, ਤੇ ਮੈਂ ਇਸ ਕਰਕੇ ਹੌਲੀ ਬੋਲਦੀ ਪਈ ਹਾਂ ਕਿਉਂਕਿ ਪਾਰਸ ਭਾਜੀ ਸੋ ਰਹੇ ਨੇ, ਮੈਂ ਉੱਚੀ ਨਹੀਂ ਬੋਲ ਸਕਦੀ। ਅਤੇ ਮੰਮੀ ਹੁਣ ਫਿਲਹਾਲ ਬੈਠੇ ਹੋਏ ਮੇਰੇ ਕੋਲ ਅਤੇ ਖਾ ਕੇ ਹਟੇ ਆ ਭਿੰਡੀਆਂ, ਭੁੱਖ ਲੱਗੀ ਹੋਈ ਸੀ ਇੱਦਾਂ ਹੀ ਖਾ ਗਏ ਭਿੰਡੀ ਇਕੱਲੀ, ਮੈਂ ਆਪਣੀ ਇੰਨੀ ਸੁੰਦਰ ਸੀ ਸ਼ਕਲ ਦੀ ਖਾਧੀ, ਇਹ ਥੱਕੇ ਹੋਏ ਆ ਦੇਖੀਏ, ਆਲੂ ਬਘਾਰੇ ਜੈਸੀ ਸ਼ਕਲ ਲੱਗ ਰਹੀ ਹੈ ਦੋਨੋਂ ਵਟਾਂ, ਮੇਰੀ ਜਮਾਂ ਹੀ ਲੱਗਣ ਦੀ। ਆਪ ਕੁਝ ਬੋਲਣਾ ਚਾਹੋਗੇ? ਭਿੰਡੀ ਖਾ ਲਈ ਆ, ਪਲੇਟ ਚ ਪਾ ਕੇ ਸਾਰੇ ਨੇ ਪੰਜਾਬ ਚ ਰੌਲਾ ਪਾਤਾ ਹੈ, ਥੋੜੀ ਜਿਹੀ ਭਿੰਡੀ ਖਿਲਾ ਕੇ। ਗਾਇਜ਼ ਮੈਨੇ ਇਨਕੋ ਆਇਓ ਕੋ ਚਾਏ ਵੀ ਪਿਲਾਈ ਹੈ, ਪਹਿਲੇ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸਾਕਸ਼ੀ ਚਾਹ ਰੱਖ ਦੇ, ਮੈਂ ਬਣਨੀ ਰੱਖ ਦਿੱਤੀ, ਦੁੱਧ ਖਰਾਬ ਸੀਗਾ ਉਹ ਚਾਹ ਫੁੱਟ ਗਈ, ਫਿਰ ਇਹ ਦੁੱਧ ਲਾਉਂਦੇ ਹੋਏ ਲੈ ਕੇ ਆਏ, ਫਿਰ ਮੈਂ ਜੱਗ ਉਦੋਂ ਤੱਕ ਧੋ ਕੇ ਦੁਬਾਰਾ ਚਾਹ ਰੱਖੀ ਉਹ 'ਚ ਕਿੰਨਾ ਕੁਛ ਫਿਰ ਪਾਇਆ, ਫਿਰ ਮੈਂ ਚਾਹ ਦੁਬਾਰਾ ਬਣਾ ਕੇ ਇਹਨਾਂ ਨੂੰ ਪਿਲਾਈ, ਹੁਣ ਇਹ ਮੈਨੂੰ ਕਹਿੰਦੇ ਆ ਇੱਦਾਂ ਕਰਕੇ ਤਾਂ ਸੁਣਾ ਰਹੀ ਆ, ਇਹ ਸੁਣਾ ਨਹੀਂ ਰਹੀ। ਇਹ ਥੱਪੜ ਨਹੀਂ ਮਾਰਨਾ, ਨਿਆਣੇ ਜਦੋਂ ਬਰਾਬਰ ਦੇ ਰਹਿੰਦੇ ਨਾ ਥੱਪੜ ਨਹੀਂ ਮਾਰਨਾ, ਉਦੋਂ ਇੱਕ ਥੱਪੜ ਨਹੀਂ ਮਾਰੀ ਦਾ, ਉਦੋਂ ਦੋ ਮਾਰੀ ਦੇ। ਮੇਰੇ ਲਿਪਸ ਨਾ ਬਹੁਤ ਜ਼ਿਆਦਾ ਡਰਾਈ ਹੋਏ ਪਏ ਹੈਗਾ, ਮੈਂ ਪਾਣੀ ਘੱਟ ਪੀਂਦੀ ਹਾਂ, ਇਸ ਕਰਕੇ ਮੇਰੇ ਫੇਸ 'ਤੇ ਦੇਖੋ ਪਿੰਪਲਸ ਹੋ ਰਹੇ ਆ, ਡਾਰਕ ਸਰਕਲ ਹੋ ਰਹੇ ਆ, ਲਿਪਸ ਵੀ ਡਰਾਈ ਹੋ ਰਹੇ ਆ ਬਹੁਤ ਜ਼ਿਆਦਾ, ਪਹਿਲਾਂ ਮੇਰੇ ਲਿਪਸ ਚੀਕਸ ਰੈੱਡ ਹੁੰਦੇ ਸੀ, ਹੁਣ ਸਾਰੀ ਸੁੰਦਰਤਾ ਮੇਰੀ ਜਿਹੜੀ ਆ ਉਹ ਚਲੀ ਗਈ, ਮੇਰੀ ਉਮਰ ਹੋ ਗਈ, ਬੁੱਢੀ ਹੋ ਰਹੀ ਆ ਦਿਨ ਪ੍ਰਤੀ ਦਿਨ।
ਸੋ ਬੈਡ ਆਪਣੇ ਆਪ ਦਾ ਮੂੰਹ ਇੰਨਾ ਪਿਛਕਿਆ ਹੋਇਆ ਦੇਖਣਾ ਇਜ਼ ਵੈਰੀ ਬੈਡ ਕਿ ਜਦੋਂ ਤੁਸੀਂ ਇੰਨੇ ਸੋਹਣੇ ਹੁੰਦੇ ਹੋ ਸੋਹਣੇ ਇਨ ਦਾ ਸੈਂਸ ਕਿ ਤੁਸੀਂ ਹੈਲਦੀ ਹੁੰਦੇ ਆ ਪਹਿਲਾਂ ਫਿਰ ਇੱਕਦਮ ਹੀ ਤੁਹਾਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਆ ਫਿਰ ਤੁਹਾਡਾ ਮੂੰਹ ਇੱਦਾਂ ਦਾ ਹੋ ਜਾਂਦਾ ਜਿੱਦਾਂ ਮੇਰਾ ਹੋਇਆ ਪਿਆ ਇਸ ਟਾਈਮ ਫਿਰ ਤੁਹਾਨੂੰ ਬਹੁਤ ਦੁੱਖ ਹੁੰਦਾ ਨਜ਼ਰ ਨਾ ਹੋਈ ਖਾਣਾ ਆਪ ਨਹੀਂ ਹੈਗਾ ਨਜ਼ਰਾਂ ਪਤਾ ਨਹੀਂ ਕਿਹੜੀਆਂ ਲੱਗਦੀਆਂ ਮੈਂ ਬਾਹਰ ਵੀ ਨਹੀਂ ਜਾਂਦੀ ਮੈਨੂੰ ਤੁਹਾਡੀ ਨਜ਼ਰ ਤਾਂ ਨਹੀਂ ਲੱਗਦੀ ਤੂੰ ਸ਼ੀਸ਼ਾ ਦੇਖਦੀ ਤੇਰੀ ਆਪਣੀ ਲੱਗਦੀ